ਹਾਂਜੀ ਵੈਲਕਮ ਜੀ ਆਪ ਸਭ ਦਾ ਪੰਜਾਬੀ ਮਿਚੀ ਚੈਨਲ ਦੇ ਉੱਤੇ ਸਭ ਵੀਰਾਂ ਭੈਣਾਂ ਦਾ ਬਜੁਰਗਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਪਤਾਡੇ ਵਾਸਤੇ ਲੈ ਕੇ ਆਏ ਨੇ ਖਬਰਾਂ ਤੇ ਲੈ ਕੇ ਆਜਾ ਰਹੇ ਹਾਂ ਵੀਰੋ ਨਵੀਆਂ ਅਪਡੇਟਸ ਗੱਲ ਕਰਾਂਗੇ ਜੀ ਆਪਾਂ 15 ਤਰੀਕ ਦੀ 15 ਸਤੰਬਰ ਦੀ ਤੇ ਦੇਖਦੇ ਹਾਂ ਜਿੱਦੀਆਂ ਕੁਝ ਨਵੀਆਂ ਤਾਜ਼ੀਆਂ ਅਪਡੇਟਸ ਤੇ ਜੇਕਰ ਤੁਸੀਂ ਸਾਡੇ ਚੈਨਲ ਦੀ ਵੀਰੋ ਪਹਿਲੀ ਵਾਰ ਵਿਜ਼ਿਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਨਾਲ ਜਿਹੜਾ ਬੈਲ ਆਈਕਨ ਹੈ ਜੀ ਉਹਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਤੇ ਸਟਾਰਟ ਕਰਦੇ ਹਾਂ ਜੀ ਆਪਾਂ ਜੀ ਦੀਆਂ ਨਵੀਆਂ ਅਪ ਅ ਦਿਖਦੀਆਂ ਜੀ ਪਹਿਲਾਂ ਕੁਝ ਖਾਸ ਅਪਡੇਟਸ ਤੋਂ ਬਾਅਦ ਤੁਹਾਡੇ ਰਿਕਮੈਂਡ ਆ ਰਹੇ ਆ ਉਹਦੇ ਦੀ ਆਪਾਂ ਕੋਸ਼ਿਸ਼ ਕਰਦੇ ਜਵਾਬ ਦੇਣ ਦੀ ਅੱਗੇ ਜਾ ਕੇ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਗ੍ਰੀਨ ਪਾਸ ਨੂੰ ਲੈ ਕੇ ਗ੍ਰੀਨ ਪਾਸ ਨੂੰ ਲੈ ਕੇ ਅਸੀਂ ਕੱਲ ਅਪਡੇਟ ਦਿੱਤੀ ਸੀ ਚੈਨਲ ਦੇ ਉੱਤੇ ਜਿਹਦੇ ਵਿੱਚ ਨਵਾਂ ਕਾਨੂੰਨ ਦੀ ਆਪ ਗੱਲ ਕੀਤੀ ਹੈ ਤੇ ਨਵਾਂ ਕਾਨੂੰਨ ਜਿਹੜਾ ਹੈ ਇਹਦੇ ਬਾਰੇ ਨਵੀਂ ਇਨਫੋਰਮੇਸ਼ਨ ਜਿਹੜੀ ਹੈ ਉਹ ਆ ਗਈ ਹੈ ਜਿਹੜਾ ਨਵਾਂ ਦੇਖੀ ਤੂੰ ਜਿਹੜਾ ਹੈ ਜੀ ਗ੍ਰੀਨ ਪਾਸ ਨੂੰ ਲੈ ਕੇ ਇਹ ਜਿਹੜਾ ਆ 10 ਤੋਂ ਲੈ ਕੇ 15 ਅਕਤੂਬਰ ਦੀ ਡੇਟ ਹੈ ਰੱਖੀ ਗਈ ਹੈ ਇਸ ਦਿਨਾਂ ਦੇ ਵਿੱਚ ਜਿਹੜਾ ਨਵਾਂ ਡਿਕਰੇਟ ਉਹ ਆ ਜੀ ਵਿਗੋਰੇ ਦੇ ਵਿੱਚ ਜਿਹੜਾ ਐਂਟਰ ਕਰਾ ਦਿੱਤਾ ਜਣਾਇਆ ਜਿੱਦਾਂ ਕਿ ਤੁਹਾਨੂੰ ਆਪਾ ਦੱਸਿਆ ਸੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਕੱਲ ਨੂੰ ਜਿਹੜੀ ਆ ਜੀ ਵੀਰਵਾਰ ਨੂੰ ਇੱਕ ਕਿੜੀ ਮੀਟਿੰਗ ਇਹਦੇ ਤੇ ਕੀਤੀ ਜਾਣੀ ਹੈ ਸਰਕਾਰ ਦੇ ਤੇ ਇਸ ਤੋਂ ਇਲਾਵਾ ਹੁਣ ਜਿਹੜੀ ਡੇਟ ਵੀ ਸਾਹਮਣੇ ਆ ਗਈ ਹੈ 10 ਤੋਂ ਲੈ ਕੇ 15 ਅਕਤੂਬਰ ਦੇ ਵਿੱਚਕਾਰ ਜਿਹੜਾ ਉਹ ਵੀਕ ਹੋਣਾ ਹੈ ਉਹਦੇ ਵਿੱਚ ਇਹ ਵਿਗੋਰੇ ਦੇ ਵਿੱਚ ਜਿਹੜਾ ਐਂਟਰ ਕਰ ਸਕਦਾ ਯਾਰ ਇਟਲੀ ਵਿੱਚ ਕੋਈ ਵੀ ਜਿਹੜਾ ਡਿਕਰੇਟ ਹੁੰਦਾ ਆ ਜਦ ਤੱਕ ਉਹ ਵਿਗੋਰੇ ਦੇ ਵਿੱਚ ਐਂਟਰ ਨਹੀਂ ਕਰਦਾ ਉਦੋਂ ਤੱਕ ਉਹਦੀ ਜਿਹੜੀ ਵੈਲਿਊ ਨਹੀਂ ਮੰਨੀ ਜਾਂਦੀ ਤੇ ਇਸ ਕਰਕੇ ਜਿਹੜੇ ਨੇ ਵੀ ਗੁਰੂ ਦੇ ਵਿੱਚ ਐਂਟਰ ਹੋਣਾ ਹੈ ਉਦੋਂ ਤੋਂ ਜਿਹੜਾ ਹੈ ਜੀ ਇਹ ਕੰਮ ਜਿਹੜਾ ਸਟਾਰਟ ਹੋਇਆ ਹੈ ਇਸ ਤੋਂ ਇਲਾਵਾ ਬਾਕੀ ਜਿੰਨੀਆਂ ਵੀ ਜਿਹੜੀਆਂ ਸਟੇਟਸ ਆ ਉਹਨਾਂ ਨੇ ਅੱਜ ਜਿਹੜਾ ਇਸ ਨੂੰ ਵੀਆ ਲਿਬਰਾ ਜਿਹੜਾ ਦਿੱਤਾ ਆ ਤੇ ਸਾਰੀਆਂ ਸਟੇਟਸ ਦੇ ਵੱਲੋਂ ਇਸ ਚੀਜ਼ ਨੂੰ ਜਿਹੜੀ ਹੈ ਮਨਜ਼ੂਰੀ ਦਿੱਤੀ ਗਈ ਹੈ ਜੋਕਰ ਸੈਂਟਰ ਦੀ ਸਰਕਾਰ ਜੋ ਕੱਲ ਉਹਨੇ ਕੀਤੀ ਹੈ ਤੇ ਬਾਕੀ ਸਟੇਟਸ ਵਾਲੇ ਸਾਰੇ ਜਣੇ ਨੇ ਮਨਜ਼ੂਰੀ ਦਿੱਤੀ ਹੈ ਇਸ ਪਾਸ ਨੂੰ ਤੇ ਬਾਕੀ ਜਿਹੜੀ ਇਕਨੋਮੀ ਇਨਫੋਰਮੇਸ਼ਨ ਆਈ ਹੈ ਜੀ ਉਹ ਇਹ ਆ ਵੀ ਜਿਹੜਾ ਗ੍ਰੀਨ ਪਾਸ ਹੈ ਜੀ ਜਿੰਨੇ ਵੀ ਲਵਰਤੂਰੀ ਹੈਗੇ ਆ ਸਾਰਿਆਂ ਵਾਸਤੇ ਓਬਲੀਗਟੂਰੀ ਉਹ ਕਰਤਾ ਗਿਆ ਆ ਕੱਲ ਨੂੰ ਗਵਰਨਮੈਂਟ ਨੇ ਇਹ ਜਿਹੜੀ ਜਪੂਰ ਦੀ ਕੀਤੂ ਇਹਨੂੰ ਅਪਰੂਵਡ ਕਰ ਦੇਣਾ ਹੈ ਪਲੱਸ ਉਹ ਕੀਜੀ ਦੀ ਵਿੱਚ ਉਸ ਤੋਂ ਬਾਅਦ ਜੇ ਤੁਹਾਨੂੰ ਇਹ ਕਬੀਨਾ ਦੀ ਰਿੱਜਾ ਦੇ ਵਿੱਚ ਜਾਣਾ ਹੈ ਜਿਹੜੇ ਪ੍ਰੈਜ਼ੀਡੈਂਟ ਦੀ ਕਨਸੀਲੀਓ ਮਾਰੀ ਉਧਰਾਗੀ ਉਹਨਾਂ ਬੋਲੋ ਸਾਰਾ ਕੁਝ ਜਿਹੜਾ ਕੰਪਲੀਟ ਇਹਨੂੰ ਕਰ ਦਿੱਤਾ ਜਾਣਾ ਇਹਦੇ ਉਹ ਜਿਹੜੇ ਸਾਈਨ ਉਹ ਸਾਰੇ ਕਰ ਦਿੱਤੇ ਜਾਣੇ ਹਨ ਤੇ ਇਹ ਜਿਹੜਾ ਆ ਅਕਤੂਬਰ ਦੇ ਵਿੱਚ ਵੀ ਗੁਰੂ ਦੇ ਵਿੱਚ ਐਂਟਰੀ ਜਿਹੜਾ ਇਹਨੂੰ ਕਰਾ ਦਿੱਤਾ ਜਾਣਾ ਐਂਟਰੀ ਨੂੰ ਲੇਟ ਕਿਉਂ ਦਿੱਤੀ ਗਈ ਆ ਐਂਟਰੀ ਲੇਟ ਨੂੰ ਇਸ ਕਰਕੇ ਦਿੱਤੀ ਗਈ ਆ ਕਿਉਂਕਿ ਜਿਹੜੇ ਲੋਕਾਂ ਨੇ ਆਪਣੇ ਆਪਣੇ ਵੈਕਸੀਨ ਨਹੀਂ ਲਗਵਾਇਆ ਉਹ ਲੋਕ ਇਹਨਾਂ ਦਿਨਾਂ ਦੇ ਵਿੱਚ ਆਪਣੇ ਵੈਕਸੀਨ ਲਗਵਾ ਲੈਣ ਕਿ ਜੇਕਰ ਲੋਕ ਆਪਣੇ ਵੈਕਸੀਨ ਨਹੀਂ ਲਗਵਾਉਂਦੇ ਤੇ ਉਹਨਾਂ ਨੂੰ ਗ੍ਰੀਨ ਪਾਸ ਜਿਹੜਾ ਨਹੀਂ ਦਿੱਤਾ ਜਾਣਾ ਜੇਕਰ ਗ੍ਰੀਨ ਪਾਸ ਉਹਨੂੰ ਨਹੀਂ ਹੈਗਾ ਤੇ ਬੰਦੇ ਜਿਹੜੇ ਆ ਜੀ ਕੰਮ ਤੇ ਨਹੀਂ ਐਂਟਰੀ ਲੈ ਸਕਦੇ ਇਸ ਕਰਕੇ ਸਰਕਾਰ ਨੇ ਜਿਹੜੇ ਕੁਝ ਦਿਨਾਂ ਦਾ 15 20 ਦਿਨਾਂ ਦਾ ਜਿਹੜਾ ਟਾਈਮ ਆ ਰੱਖਿਆ ਆ ਵਿੱਚ ਵੀ 10 ਅਕਤੂਬਰ ਤੋਂ ਪਹਿਲਾਂ-ਪਹਿਲਾਂ ਲੋਕੀ ਆਪਣੇ ਵੈਕਸੀਨ ਜਿਹਨੇ ਨਹੀਂ ਲਗਵਾਏ ਉਹ ਲਵਾ ਲੈਣ ਤੇ ਜਿਨ੍ਹਾਂ ਕੋ ਗ੍ਰੀਨ ਪਾਸ ਨਹੀਂ ਹੈਗਾ ਉਹ ਆਪਣਾ ਪਾਸ ਲੈ ਲੈਣ ਨਵੀਂ ਨਵੀਂ ਚੀਜ਼ ਦੇ ਵਿੱਚ ਇਹ ਆ ਵੀ ਜਿਹੜਾ ਗ੍ਰੀਨ ਪਾਸ ਆ ਜੀ ਇਹ ਬੁਲੀਕੋ ਟੂਰੀਓ ਜਿੰਨੇ ਵੀ ਲੈਬੋਰੀਟਰੀ ਸਾਰਿਆਂ ਵਾਸਤੇ ਕੱਲ ਜਿਹੜੀ ਆਪਾਂ ਤੁਹਾਨੂੰ ਅਪਡੇਟ ਦਿੱਤੀ ਸੀ ਉਹਦੇ ਵਿੱਚ ਦੱਸਿਆ ਸੀਗਾ ਵੀ ਜਿਹੜਾ ਗ੍ਰੀਨ ਪਾਸ ਹੈ ਫਿਲਹਾਲ ਸਰਕਾਰ ਕਹਿ ਰਹੀ ਹੈ ਸਿਰਫ ਜਿਹੜੇ ਬੰਦੇ ਪਬਲਿਕ ਸੈਕਟਰ ਵਿੱਚ ਕੰਮ ਕਰਦੇ ਉਹਨਾਂ ਵਾਸਤੇ ਪਰ ਅੱਜ ਨਵੀਂ ਇਨਫੋਰਮੇਸ਼ਨ ਦੇ ਹਿਸਾਬ ਦੇ ਨਾਲ ਪਤਾ ਲੱਗਾ ਵੀ ਜਿਹੜਾ ਗ੍ਰੀਨ ਪਾਸ ਹੈ ਜੀ ਇਹ ਸਾਰਿਆਂ ਲਬਰਤੂਰੀ ਵਾਸਤੇ ਹੋਈਗਾ ਕਰ ਦੋ ਕਰ ਦਿੱਤਾ ਗਿਆ ਪਬਲਿਕ ਵਾਸਤੇ ਤਾਂ ਹੈਗੀ ਹੈ ਜਿਹੜੇ ਪ੍ਰਾਈਵੇਟ ਸੈਕਟਰ ਦੇ ਉਹਨਾਂ ਵਾਸਤੇ ਵੀ ਬੁਲਿਗਾ ਤੂਰੀ ਹੋਆ ਤੇਰੇ ਉਤੇ ਜਿਹੜਾ ਬਿਆਨ ਸਰਕਾਰ ਦਾ ਵੀ ਆ ਗਿਆ ਉਹਨਾਂ ਨੇ ਕਿਹਾ ਵੀ ਅਕਤੂਬਰ ਦੇ ਅੱਧ ਤੱਕ ਜਿੰਨੇ ਵੀ ਆਫਿਸ ਹੈਗੇ ਆ ਕੋਈ ਵੀ ਅਜੈਂਡੇ ਕੋਈ ਵੀ ਫੈਕਟਰੀ ਕੋਈ ਵੀ ਫੈਕਟਰੀ ਸਾਂ ਜਿਹੜੇ ਮੈਜਰੀ ਟ੍ਰਾਂਸਪੋਰਟ ਦੀ ਜਿੰਨੇ ਵੀ ਆ ਮੇਰੀ ਵੀ ਲੂੰਗਾ ਪਰ ਕੋ ਰੇਨਸਾ ਵਲੇ ਨੇ ਕਿਹੜੀ ਲੰਬੇ ਰੂਟ ਦੀਆਂ ਮੈਜਰੀ ਚੱਲਦੀਆਂ ਜਾਂ ਫਿਰ ਤੁਸੀਂ ਬੱਸ ਚਲਾਉਣੀ ਆ ਜਾਂ ਫਿਰ ਕੋਈ ਬੰਦਾ ਟੈਕਸੀ ਚਲਾਉਂਦਾ ਆ ਉਹਨੂੰ ਘਟੋ ਘਟੋ ਦੇ ਘਟੋ ਘਟ ਇੱਕ ਕਿਹੜੀ ਪਹਿਲੀ ਡੋਸੇ ਵੈਕਸੀਨ ਦੀ ਉਹ ਜਿਹੜੀ ਹੈ ਲੱਗੀ ਹੋਣੀ ਚਾਹੀਦੀ ਆ ਤੇ ਜਾਂ ਫਿਰ ਉਹ ਜਿਹੜਾ ਬੰਦਾ ਟੰਪੂਣੀ ਆਪਣਾ ਕਰਾਵੇ ਜੇ ਬੰਦਾ ਵੈਕਸੀਨ ਨਹੀਂ ਲਗਾਉਣਾ ਚਾਹੁੰਦਾ ਤੇ 48 ਘੰਟਿਆਂ ਵਾਸਤੇ ਜਿਹੜਾ ਟੰਪੂਣੀ ਮਿਲਦਾ ਆ ਉਹ ਜਿਹੜਾ ਟੰਪੂਣੀ ਆਪਣਾ ਕਰਾਇਆ ਹੋਵੇ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਵੱਡੀ ਅਪਡੇਟ ਹੈ ਜਿਹੜੀ ਕਿ ਗਵਰਨਮੈਂਟ ਦੇ ਵੱਲੋਂ ਦਿੱਤੀ ਗਈ ਹੈ ਮਾਸਿਮਿਲiano ਫੈਦਰੀਗਾ ਦੇ ਵੱਲੋਂ ਇੱਕ ਹੋਰ ਇਨਫੋਰਮੇਸ਼ਨ ਜਾਰੀ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਵੀ ਜਿਹੜਾ ਅਸੀਂ ਜਿਹੜਾ ਇਸ ਵਕਤ ਜਿਹੜੇ ਮਜ਼ੂਰੇ ਲੱਗੇ ਹੋਏ ਆ ਜਿਹੜੇ ਇਸ ਵਕਤ ਚੱਲਦੇ ਪਏ ਆ ਜੋ ਰੂਲ ਲੱਗੇ ਹੋਏ ਆ ਅਸੀਂ ਉਹਨਾਂ ਨੂੰ ਜਿਹੜਾ ਹੈ ਚੇਂਜ ਕਰਨਾ ਹੈ ਉਹਨਾਂ ਵਿੱਚ ਇੱਕ ਜਿਹੜੀ ਚੀਜ਼ ਹੈ ਮੋਡੀਫਾਈ ਜਿਹੜੀ ਹੈ ਕੀਤੀ ਜਾਣੀ ਹੈ ਉਹ ਚੀਜ਼ ਕਿਹੜੀ ਮੋਡੀਫਾਈ ਕੀਤੀ ਜਾਣੀ ਹੈ ਉਹ ਚੀਜ਼ ਜਿਹੜੀ ਹੈ ਜੀ ਮੋਡੀਫਾਈ ਸਰਕਾਰ ਨੇ ਕਰਨੀ ਉਹ ਇਹ ਹੈ ਵੀ ਜਿਹੜੇ ਲੋਕਾਲੀ ਹੁੰਦੇ ਆ ਜਿਹੜੀਆਂ ਕਿੜੀਆਂ ਵਿੱਚ 바ਰ ਆਉਂਦੇ ਆ ਰੈਸਟੋਰੈਂਟਸ ਹੁੰਦੇ ਆ ਪੱਬ ਆਉਂਦੇ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਜਿਹੜੀਆਂ ਬੰਦ ਨਾ ਕੀਤੀਆਂ ਜਾਣ ਹਮੇਸ਼ਾ ਸਮੇਂ ਦੇ ਵਿੱਚ ਚਾਹੇ ਕਿਹੜੀ ਕੋਈ ਸਟੇਟ ਹੈ ਜੀ orange zone ਦੇ ਵਿੱਚ ਵੀ ਚਲੇ ਜਾਵੇ ਜਾਂ ਫਿਰ ਉਹ yellow zone ਦੇ ਵਿੱਚ ਵੀ ਚਲੇ ਜਾਵੇ ਇਹ ਜਿਹੜੀਆਂ ਸਟੇਟਸ ਹੈ ਇਹਨਾਂ ਦਾ ਜਿਹੜਾ ਜਿਹੜਾ 바ਰ ਰੈਸਟੋਰੈਂਟਸ ਆ ਇਹ ਜਿਹੜੇ ਆ ਬੰਦ ਨਾ ਕੀਤੇ ਜਾਣ ਯਾਨੀ ਵੀ ਜਿੰਨੀ ਵੀ ਐਕਟੀਵਿਟੀਜ਼ ਇਕਨੋਮਿਕ ਤੌਰ ਤੇ ਜਿੰਨੀ ਵੀ ਐਕਟੀਵਿਟੀਜ਼ ਆ ਹਮੇਸ਼ਾ ਖੁੱਲੀਆਂ ਰਹਿਣ ਇਹਨਾਂ ਉੱਤੇ ਕੋਈ ਵੀ ਜਿਹੜੀ ਐਸਸੀ ਰੋਕ ਕਿੜੀ ਆ ਨਾ ਲਗਾਈ ਜਾਵੇ ਇਹ ਚਾਹੇ ਫੋਰ ਐਗਜ਼ਾਮਪਲ ਜੇਕਰ ਹੁਣ ਕਿਸੇ ਦੀ ਕੋਈ ਰੈਸਟੋਰੈਂਟ ਆ ਤੇ ਇਸ ਵਕਤ ਬੈਂਕੋ ਜ਼ੋਨ ਦੇ ਵਿੱਚ ਆ ਤੇ ਖੁੱਲਾ ਆ ਤੇ ਜੈਲੋ ਜ਼ੋਨ ਦੇ ਵਿੱਚ ਵੀ ਖੁੱਲਾ ਰਹਿਣਾ ਜੇ orange zone ਚ ਜਾਂਦਾ ਤੇ ਪਿਛਲੇ ਸਾਲ ਰੈਸਟੋਰੈਂਟਸ ਵਗੈਰਾ ਬੰਦ ਕਰਨੇ ਪੈਂਦੇ ਸੀ ਬਾਹਰ-ਬਾਹਰ ਬੰਦ ਕਰਨੀ ਪੈਂਦੀ ਸੀ ਹੁਣ ਜੇਕਰ orange zone ਦੇ ਵਿੱਚ ਵੀ ਟੈਡੀ ਸਟੇਟ ਜਾਂਦੀ ਹੈ ਤੇ ਜਿਹੜੇ ਬਾਹਰ ਰੈਸਟੋਰੈਂਟ ਆ ਖੁੱਲੇ ਰਹਿਣਗੇ ਇਹ ਬੰਦ ਨਹੀਂ ਹੋਣਗੇ ਇਸ ਚੀਜ਼ ਦੇ ਉੱਤੇ ਜਿਹੜਾ ਮੋਡੀਫਾਈ ਸਰਕਾਰ ਜਿਹੜੀ ਆ ਰੂਲ ਜਿਹੜੇ ਪੁਰਾਣੇ ਲੱਗੇ ਆ ਉਹਨੂੰ ਚੇਂਜ ਕਰਨ ਲੱਗੀ ਆ ਤਾਂ ਕਿ ਇਹਨਾਂ ਲੋਕਾਂ ਦੇ ਉੱਤੇ ਕੋਈ ਵੀ ਅਸਰ ਜਿਹੜਾ ਨਾ ਹੋਵੇ ਇਹਨਾਂ ਲੋਕਾਂ ਨੂੰ ਕਟਾ ਜਿਹੜਾ ਨਾ ਪਵੇ ਸੋ ਇਹ ਬਹੁਤ ਵੱਡੀ ਖੁਸ਼ਖਬਰੀ ਆ ਉਹਨਾਂ ਲੋਕਾਂ ਵਾਸਤੇ ਇਹਨਾਂ ਦੇ ਆਪਣੇ ਬਾਹਰ ਜਿਹੜੇ ਰੈਸਟੋਰੈਂਟ ਆ ਜਾਂ ਜਿਹੜੇ ਲੋਕ ਉਹਨਾਂ ਦੇ ਵਿੱਚ ਵੀ ਕੰਮ ਕਰਦੇ ਆ ਉਹਨਾਂ ਵਾਸਤੇ ਬਹੁਤ ਵੱਡੀ ਜਿਹੜੀ ਆ ਗੁੱਡ ਨਿਊਜ਼ ਹੈ ਤੇ ਬਾਕੀ ਤੁਹਾਨੂੰ ਵੀ ਦੱਸ ਦਈਏ ਵੀ ਜਿਹੜਾ ਇਹ ਨਵਾਂ ਜਿਹੜਾ ਸਰਕਾਰ ਦਾ ਜਿਹੜਾ ਰੂਲ ਆ ਇਹ ਜਿਹੜਾ ਆ ਜੀ 10 ਅਕਤੂਬਰ ਨੂੰ ਜਿਹੜਾ ਇਹਨੂੰ ਰੱਖਿਆ ਗਿਆ ਆ 10 ਅਕਤ ਅਹ ਪਰ ਹੱਦ 15 ਅਕਤੂਬਰ ਤੱਕ ਜਿਹੜਾ ਐਂਟਰ ਕਰ ਸਕਦਾ ਆ ਤੇ ਇਹ ਜਿਹੜਾ ਮੇਨ ਗੱਲ ਇਹਦੇ ਵਿੱਚ ਸਰਕਾਰ ਨੇ ਇਨਡਾਇਰੈਕਟ ਵੇ ਤੇ ਵੈਕਸੀਨ ਜਿਹੜਾ ਹੈ ਜੂਬਲੀਕਾਥਰੂ ਕਰ ਦਿੱਤਾ ਇਟਲੀ ਦੇ ਵਿੱਚ ਤੇ ਮਤਲਬ ਉਹੀ ਆ ਵੀ ਜਿਹਦੇ ਵੈਕਸੀਨ ਲੱਗਾ ਆ ਜੀ ਉਹਨੂੰ ਗ੍ਰੀਨ ਪਾਸ ਮਿਲਣਾ ਆ ਤੇ ਬਾਕੀ ਜਿਹਦੇ ਨਹੀਂ ਲੱਗਾ ਉਹ ਫਿਰ ਤਾਂ ਪੁਨੇ ਆਪਣੇ ਪੈਸੇ ਦੇ ਦੇ ਕੇ ਕਰਾਈ ਜਾਵੇ ਸੋ ਇੱਕ ਸਾਊਥ ਇਨਡਾਇਰੈਕਟ ਵੇ ਤੇ ਸਰਕਾਰ ਨੇ ਇਟਲੀ ਦੇ ਵਿੱਚ वैक्सीन उब्लीगटोरियो कार्डतया हालांकि वैक्सिन सरकार ने नाम नहीं लिया पर इंटरेक्ट वे दे नाल ਤੁਸੀਂ ਆਪ ਜੇਕਰ ਸੋਚਦੇ ਹੋ ਤੇ ਗ੍ਰੀਨ ਪਾਸਪੋਰਟ ਜ਼ਰੂਰੀ ਆ ਗ੍ਰੀਨ ਪਾਸਪੋਰਟ ਕੋ ਮਿਲਦਾ ਜਿਹਨੂੰ ਰੈਡੀ ਵੈਕਸਿਨ ਲੱਗਾ ਹੁੰਦਾ ਸੋ ਇਸ ਹਿਸਾਬ ਦੇ ਨਾਲ ਵੈਕਸਿਨ ਜਿਹੜਾ ਜੀ ਇੱਕ ਹਿਸਾਬ ਤੋਂ ਬਲੀਗਟोरियो ਹੋ ਚੁੱਕਾ ਹੈ ਇੱਟੀ ਦੇ ਵਿੱਚ ਬਾਕੀ ਜਿੰਨੇ ਵੀ ਜਿੰਨੇ ਵੀ ਪਬਲਿਕ ਜਿਹੜੇ ਲੋਰੋ ਤੂਰੀ ਕੰਮ ਕਰਦੇ ਆ ਸਾਰਿਆਂ ਵਾਸਤੇ ਬਲੀਗਟੋਰियो ਆ ਉਹ ਬੰਦੇ ਐਂਟਰ ਨਹੀਂ ਕਰ ਸਕਦੇ ਹੈ ਕਿ ਜਿਵੇਂ ਕੋਲ ਉਹਨੂੰ ਸਰਟੀਫਿਕੇਟ ਨਹੀਂ ਹੈਗਾ ਤੇ ਬਾਕੀ ਇਹ ਤਾਂ ਵੀਰੂ ਹੈਗਾ ਆਪਣੇ ਨੇ ਦੇਖ ਲਈ ਤੂ ਜੋ ਜੋ ਨਵੀਆਂ ਇਨਫੋਰਮੇਸ਼ਨ ਆ ਰਹੀਆਂ ਉਹਦੇ ਵਾਸਤੇ ਆ ਇਸ ਤੋਂ ਬਾਅਦ ਹਲੇ 1 ਮਹੀਨਾ ਦੇ ਵਿੱਚ ਪਿਆ ਆ ਹਲੇ ਕਈ ਹੋਰ ਚੇਂਜ ਦੇ ਵਿੱਚ ਆ ਸਕਦੇ ਆ ਸੋ ਇਸ ਕਰਕੇ ਜਿਹੜੇ ਜਿਹਦੇ ਦੇ ਚੇਂਜਿੰਗ ਆਵੇਗੀ ਆਪਾਂ ਤੁਹਾਨੂੰ ਵੀਡੀਓ ਦੱਸੀ ਜਾਵਾਂਗੇ ਇਸ ਤੋਂ ਬਾਅਦ ਚੱਲਦੇ ਆਂ ਕੁਝ ਹੋਰ ਅਪਡੇਟਸ ਦੇ ਵੱਲ ਅਗਲੀ ਜਿਹੜੀ ਅਪਡੇਟ ਆਪਣੀ ਹੈਗੀ ਯੂਰਪੀਅਨ ਯੂਨੀਅਨ ਤੋਂ ਯੂਰਪੀਅਨ ਯੂਨੀਅਨ ਦੇ ਜਿਹੜੇ ਕਮਿਸ਼ਨਰੀਓ ਆ ਉਹਨਾਂ ਦੇ ਲੀਅਨ ਉਹਨਾਂ ਵੱਲੋਂ ਇੱਕ ਨਵਾਂ ਜਿਹੜਾ ਬਿਆਨ ਦਿੱਤਾ ਗਿਆ ਇੱਕ ਮੀਟਿੰਗ ਰੱਖੀ ਗਈ ਸੀ ਅੱਜ ਪੂਰੀ ਯੂਰਪ ਦੀ ਜਿਹਦੇ ਵਿੱਚ ਉਹਨੇ ਆਪਣੀ ਸਪੀਚ ਦਿੱਤੀ ਆ ਤੇ ਜਿਹਦੇ ਵਿੱਚ ਉਹਨੇ ਕੁਝ ਇੰਪੋਰਟੈਂਟ ਗੱਲਾਂ ਨਹੀਂ ਯੂਰਪ ਦੇ ਨਾਲ ਸਾਰੀਆਂ ਸਟੇਟਸ ਦੇ ਨਾਲ ਕੀਤੀਆਂ ਅੰਦਰ ਜਿਹ ਕੁਝ ਗੱਲਾਂ ਸਾਹਮਣੇ ਵੀ ਆਈਆਂ ਉਹਨਾਂ ਵਿੱਚ ਜਿਹੜੀ ਮੇਨ ਉਹਨਾਂ ਨੇ ਗੱਲ ਇਹ ਸੀ ਕਿ ਉਹਨਾਂ ਨੇ ਕਿਹਾ ਆ ਵੀ ਜਿਹੜੀ ਇਹ ਬਿਮਾਰੀ ਚੱਲੀ ਹੈ ਮਹਾਮਾਰੀ ਚੱਲੀ ਹੈ ਪੂਰੀ ਦੁਨੀਆ ਦੇ ਵਿੱਚ ਇਹਦੇ ਵਿੱਚ ਪੂਰਾ ਯੂਰਪੀਡਾਸ ਹੈ ਜਿਹਨਾਂ ਨੇ ਇੱਕ ਇੱਕ ਜੁੱਟ ਹੋ ਕੇ ਇਸ ਬਿਮਾਰੀ ਦਾ ਸਾਹਮਣਾ ਕੀਤਾ ਆ ਸਾਰੀਆਂ ਕੰਟਰੀਜ਼ ਨੇ ਵਧੀਆ ਤਰੀਕੇ ਦੇ ਨਾਲ ਆਪਣੇ ਆਪਣੇ ਦੇਸ਼ਾਂ ਨੂੰ ਕੰਟਰੋਲ ਕੀਤਾ ਹੈ ਤੇ ਮੇਨ ਗੱਲ ਇਹ ਸੀ ਕਿ ਵੀ ਪੂਰਾ ਯੂਰਪ ਜਿਹੜਾ ਹੈ ਜੀ ਇਕੱਠਾ ਰਿਹਾ ਆ ਬਹੁਤ ਹੀ ਕਿਸੇ ਵੀ ਕੰਟਰੀ ਵਿੱਚ ਲੜਾਈ ਝਗੜਾ ਨਹੀਂ ਹੋਇਆ ਵੈਕਸੀਨ ਦੇ ਉੱਤੇ ਕੋਈ ਵਿਵਾਦ ਨਹੀਂ ਹੋਇਆ ਵੀ ਸਾਨੂੰ ਘੱਟ ਮਿਲੇ ਜਾਂ ਜ਼ਿਆਦਾ ਮਿਲੇ ਇਸ ਚੀਜ਼ ਨੂੰ ਦੇਖਦੇ ਉਹਨਾਂ ਨੇ ਕਿਹਾ ਵੀ ਯੂਰਪ ਨੇ ਸ਼ਾਂਤੀ ਦੇ ਨਾਲ ਇਹ ਸਾਰਾ ਕੰਮ ਨਿਬੜਿਆ ਆ ਤੇ ਉਮੀਦ ਕਰਦੇ ਆਂ ਵੀ ਅਸੀਂ ਬਹੁਤ ਜਲਦੀ ਜਿਹੜੀ ਬਿਮਾਰੀ ਆ ਜੀ ਤੁਣੀ ਬਾਹਰ ਆ ਜਾਾਂਗੇ ਤੇ ਕੁਝ ਟਾਈਮ ਹੋ ਰਿਹਾ ਉਹਨਾਂ ਨੇ ਕਿਹਾ ਵੀ ਜਿਹੜੇ ਆਪਣਾ ਵੈਕਸੀਨ ਹੈ ਕਾਫੀ ਹੱਦ ਤੱਕ ਲੱਗ ਚੁੱਕੇ ਆ ਤੇ ਜਿਹੜੀ ਅਗਲੀ ਜਨਰੇਸ਼ਨ ਆ ਯੂਰਪ ਦੀ ਉਹਨਾਂ ਨੂੰ ਸਾਨੂੰ ਜਿਹੜਾ ਹੋਰ ਜਿਹੜਾ ਸਟਰੋਂਗ ਕਿਹੜਾ ਕਰਨ ਦੀ ਲੋੜ ਆ ਇਸ ਤੋਂ ਇਲਾਵਾ ਬਾਕੀ ਉਹ ਨਿਮੀਗ੍ਰੇਸ਼ਨ ਦੇ ਉੱਤੇ ਵੀ ਗੱਲ ਕੀਤੀ ਆ ਜੀ ਉਹਨਾਂ ਨੇ ਕਿਹਾ ਵੀ ਇਸ ਵਕਤ ਜਿਹੜੇ ਇਲੀਗਲ ਤੌਰ ਤੇ ਬੰਦੇ ਯੂਰਪ ਦੇ ਵਿੱਚ ਐਂਟਰ ਕਰਦੇ ਆ ਹਰ ਇੱਕ ਯੂਰਪੀਅਨ ਕੰਟਰੀ ਦਾ ਵੱਖਰਾ ਵੱਖਰਾ ਸੂਚਨ ਦਾ ਤੇ ਸਮਝਣ ਦਾ ਤਰੀਕਾ ਆ ਸੋ ਇਸ ਕਰਕੇ ਉਹਨੇ ਕਿਹਾ ਬਈ ਹਰ ਇੱਕ ਮੰਤਰੀ ਜਿਹੜੇ ਆ ਹਰ ਕੰਟਰੀਜ਼ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਦਾ ਆਪਣਾ ਆਪਣਾ ਸੂਚਨ ਦਾ ਤਰੀਕਾ ਆ ਪਰ ਅਸੀਂ ਜਿਹੜੀ ਹੈ ਇੱਕ ਰਸਤਾ ਜਿਹੜਾ ਲੱਭ ਸਕਦੇ ਹਾਂ ਇਕੱਠਾ ਹੋਵਗੇ ਉਹਨਾਂ ਨੇ ਇਹ ਵੀ ਗੱਲ ਕਹੀ ਉਹਨਾਂ ਨੇ ਕਿਹਾ ਵੀ ਜਿਹੜੇ ਫਲੂਸੀ ਰੈਗੂਲਰ ਯਾਨੀ ਕਿ ਜਿਹੜੇ ਰੈਗੂਲਰ ਬੰਦੇ ਜਿਹੜੇ ਆਉਂਦੇ ਆ ਉਹ ਜਿਹੜੇ ਆ ਲਗਾਤਾਰ ਉਹਦੀ ਗਿਣਤੀ ਵੱਧ ਰਹੀ ਆ ਜਿਹੜੀ ਕਿ ਸਾਡੇ ਵਾਸਤੇ ਬਹੁਤੀ ਕੋਈ ਚੰਗੀ ਗੱਲ ਨਹੀਂ ਪਰ ਉਹਨਾਂ ਨੇ ਇਹ ਵੀ ਕਿਹਾ ਵੀ ਯੂਰਪ ਦੇ ਵਿੱਚ ਜਿਹੜੇ ਬੰਦੇ ਨੂੰ ਅਧਿਕਾਰ ਹੈਗਾ ਆ ਉਹ ਬੰਦਾ ਆਪਣੇ ਦੀ ਫੂਜੋ ਜਿਹੜਾ ਹੈ ਜੋ ਉਹਦੇ ਵਿੱਚ ਆ ਕੇ ਲੈ ਸਕਦਾ ਆ ਤਾਂ ਇਸ ਕਰਕੇ ਇਹਨਾਂ ਨੇ ਕਿਹਾ ਵੀ ਇਹ ਜਿਹੜਾ ਆਰਗੂਮੈਂਟ ਆ ਇਸ ਆਰਗੂਮੈਂਟ ਦੇ ਉੱਤੇ ਸਾਨੂੰ ਯਾਰ ਯੂਰਪ ਨੂੰ ਇਕੱਠੇ ਹੋਣ ਦੀ ਲੋੜ ਆ ਇਸ ਵਿਸ਼ੇ ਦੇ ਉੱਤੇ ਸਾਨੂੰ ਇਕੱਠੇ ਹੋ ਕੇ ਇਸ ਫੈਂਸਲ ਲੈਣ ਦੀ ਲੋੜ ਆ ਇਹ ਜਿਹੜਾ ਵਿਸ਼ਾ ਆ ਸਾਨੂੰ ਡਿਵਾਈਡ ਕਰ ਸਕਦਾ ਆ ਪਰ ਅਸੀਂ ਡਿਵਾਈਡ ਜਿਹੜਾ ਇੱਕ ਦੂਜੇ ਨੂੰ ਹੁੰਨ ਨਹੀਂ ਦੇਣਾ ਇਸ ਕਰਕੇ ਇਸ ਚੀਜ਼ ਦੇ ਉੱਤੇ ਸਾਨੂੰ ਇਕੱਠਿਆਂ ਨੇ ਨਵੇਂ ਫੈਂਸਲੇ ਲੈਣੇ ਪੈਣੇ ਆ ਤਾਂ ਕਿ ਅਸੀਂ ਆਪਣੇ ਯੂਰਪ ਨੂੰ ਜਿਹੜੀ ਸਾਡੀ ਸੰਗਠਨ ਬਣਿਆ ਆ ਟੁੱਟਣ ਤੋਂ ਬਚਾ ਸਕੀਏ ਤੇ ਕਿਸੇ ਵੀ ਕੰਟਰੀ ਵਿੱਚ ਐਸੀ ਕੋਈ ਲੜਾਈ ਜਿਹੜੀ ਨਾ ਪਵੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇੱਕ ਹੋਰ ਇੰਪੋਰਟੈਂਟ ਅਪਡੇਟ ਦੀ ਜਿਹੜੀ ਕਿ ਹੈਗੀ ਹੈ ਵੈਕਸੀਨ ਨੂੰ ਲੈ ਕੇ ਆ ਇਸ ਤੋਂ ਪਹਿਲਾਂ ਆਪਣੇ ਇੱਕ ਵੀਰ ਦਾ ਦਸਨ ਕਮੈਂਟ ਆ ਰਿਹਾ ਸੀਗਾ ਭਾਈ ਜੀ ਫਲਾਈਟਾਂ ਦਾ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਫਲਾਈਟਾਂ ਦਾ ਕੀ ਬਣੇਗਾ ਫਲਾਈਟਾਂ ਜਿਹੜੀਆਂ ਜੀ ਹੁਣ ਇੰਟਰੈਕਟਡ ਫਲਾਈਟਾਂ ਕਦੋਂ ਤੱਕ ਸਟਾਰਟ ਹੋ ਸਕਦੀਆਂ ਸਿਰੋ ਫਲਾਈਟਾਂ ਬਾਰੇ ਹਲੇ ਕੋਈ ਵੀ ਨਵੀਂ ਇਨਫੋਰਮੇਸ਼ਨ ਜਿਹੜੀ ਹੈ ਜੀ ਪਿਛੋ ਨਹੀਂ ਆ ਰਹੀ ਹੈਗੀ ਫਿਲਹਾਲ ਇਹ ਤੁਹਾਨੂੰ ਪਤਾ ਹੈ ਵੀ ਇੰਡੀਆ ਨੇ ਜਿਹੜਾ ਬੈਨ ਲੱਗਾ ਹੋਇਆ ਹੈ ਇੰਡੋਨੇਸ਼ੀਅਲ ਫਲਾਈਟਸ ਦੇ ਉੱਤੇ ਡੇਟ ਲਈ ਜਿਹੜੀਆਂ ਫਲਾਈਟਸ ਡਾਇਰੈਕਟ ਜਿਹੜੀਆਂ ਫਲਾਈਟਾਂ ਨਹੀਂ ਚੱਲ ਰਹੀਆਂ ਸਪੈਸ਼ਲ ਫਲਾਈਟਾਂ ਨਹੀਂ ਚੱਲ ਰਹੀਆਂ ਬਸ ਡਾਇਰੈਕਟ ਜਿਹੜੀਆਂ ਉਹ ਨਹੀਂ ਚੱਲਦੀਆਂ ਪੀਆਂ ਸੋ ਇਸ ਕਰਕੇ ਇਹਦੇ ਬਾਰੇ ਹੱਲੇ ਇਹ ਪੂਰੀ ਇਨਫੋਰਮੇਸ਼ਨ ਸਾਡੇ ਕੋਲ ਹੈ ਨਹੀਂਗੀ ਜਿਸ ਦਿਨ ਸਾਨੂੰ ਨਵੀਂ ਇਨਫੋਰਮੇਸ਼ਨ ਪਿੱਛੋਂ ਮਿਲੂਗੀ ਆਪਾਂ ਤੁਹਾਨੂੰ ਜਿਹੜੀ ਆ ਕੇ ਕਨਫਰਮ ਕਰ ਦਵਾਂਗੇ ਵੀ ਫਲਾਈਟਾਂ ਕਦੋਂ ਜਿਹੜੀਆਂ ਚੱਲ ਸਕਦੀਆਂ ਤੇ ਅਸੀਂ ਇਸੇ ਕਰਕੇ ਜਿਹੜੀਆਂ ਬਾਹਰ ਹਰ ਰੋਜ਼ ਫਲਾਈਟਾਂ ਬਾਰੇ ਇਨਫੋਰਮੇਸ਼ਨ ਨਹੀਂ ਦੇ ਦੀ ਕਿਉਂ ਗੱਲਬਾਤ ਨਹੀਂ ਕਰੀਦੀ ਹੁਣ ਤੇ ਨਾ ਹੀ ਅਸੀਂ ਇਮੀਗ੍ਰੇਸ਼ਨ ਦੀ ਕੋਈ ਅਪਡੇਟ ਦੇ ਦਈਏ ਕਿਉਂਕਿ ਜੇਕਰ ਅਸੀਂ ਅਪਡੇਟ ਦੇ ਦਈ ਦੀ ਵੀ ਆ ਤੇ ਕਈਆਂ ਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਪੇਪਰ ਨਿਕਲੇਗੇ ਕਿਹਦੇ ਤੇ ਮੁੜ ਕੇ ਸਾਡੇ ਕੋਲ ਪ੍ਰੂਫ ਮੰਗਦੇ ਆ ਵੀ ਪੇਪਰ ਸਾਨੂੰ ਦਿਖਾਓ ਕਿੱਥੇ ਨਿਕਲੇ ਆ ਸੋ ਇਸੇ ਕਰਕੇ ਜੇਕਰ ਸਾਨੂੰ ਹੁਣ ਕਿਸੇ ਕਮੈਂਟ ਕਿਸੇ ਵੀ ਕੋਈ ਕਰਦਾ ਵੀ ਇਹਦਾ ਆਪਾਂ ਉਹਦੀ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਨਹੀਂ ਕਰੀਦੀ ਕਿਉਂਕਿ ਕਾਫੀ ਜਿਹੜੇ ਵੀਰਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਇਹ ਪੇਪਰ ਨਿਕਲਦੇ ਆ ਜਾਂ ਨਹੀਂ ਨਿਕਲਦੇ ਤੇ ਅੱਗੇ ਤੋਂ ਅਸੀਂ ਜਿਹੜੀ ਆ ਪੇਪਰਾਂ ਦੀ ਇਨਫੋਰਮੇਸ਼ਨ ਉਹ ਦੇ ਦਵਾਂਗੇ ਜੇ ਤੁਹਾਨੂੰ ਕੋਈ ਨੂੰ ਲਾਉਸ ਤਾਂ ਤੇ ਆਪਾਂ ਤਾਂ ਨੂੰ ਫਿਰ ਜਦੋਂ ਲਾਸਟ ਤੱਕੜ ਕੇ ਦੱਸ ਸਕਦੀਆਂ ਵੀਪਰ ਨਿਕਲੇ ਆ ਜਦ ਤੱਕ ਸਾਨੂੰ ਕੋਈ ਅਸੀ ਜੇਕਰ ਤੁਸੀਂ ਨੂੰ ਕਮੈਂਟ ਕਰੂਗੀ ਤਾਂ ਆਪਾਂ ਗਾਂ ਤੋਂ ਕੋਈ ਵੀੜਾ ਜਵਾਬ ਨਹੀਂ ਦੇਣਾ ਵੀਡੀਓ ਦੇ ਵਿੱਚ ਤੇ ਇਸ ਤੋਂ ਬਾਅਦ ਗੱਲ ਕਰਦੇ ਆ ਜਿਹੜੀ ਅਗਲੀ ਅਪਡੇਟ ਦੀ ਜਿਹੜੀ ਕੀ ਵੈਕਸਨ ਨੂੰ ਲੈ ਕੇ ਆ ਵੈਕਸਨ ਦੀ ਤੀਜੀ ਡੋਜ਼ ਜਿਹੜੀ ਆ ਕੋਵਿਡ ਦੀ ਵੀਡੀਓ ਸਟਾਰਟ ਹੋਣ ਲੱਗੀ ਆ ਇਟਲੀ ਦੇ ਵਿੱਚ ਤੇ 20 ਸਤੰਬਰ ਤੋਂ ਜਿਹੜਾ ਇਹਦਾ ਜਿਹੜੀ ਡੇਟ ਆ ਤੇ ਆ ਰਿਹੜੀਆ ਰੱਖੀ ਗਈ ਆ ਜਿਹੜੀ ਤੀਜੀ ਡੋਜ਼ ਆ ਜਿਹੜੀ ਇਟਲੀ ਦੇ ਵਿੱਚ 20 ਸਤੰਬਰ ਤੋਂ ਲਗਣੀ ਸਟਾਰਟ ਹੋ ਜਾਣੀ ਆ ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੱਧ ਹੈ ਉਹਨਾਂ ਦੀ ਲਗਣੀ ਆ ਸਭ ਤੋਂ ਪਹਿ ਇਸ ਤੋਂ ਬਾਅਦ ਜਿਹੜੇ ਬੰਦੇ ਡਿਪਰੈਸ਼ਨ ਦੇ ਸ਼ਿਕਾਰ ਆ ਜਾਂ ਜਿਨ੍ਹਾਂ ਦੀ ਕੋਈ ਆਪਰੇਸ਼ਨ ਵਗੈਰਾ ਹੋਈ ਹੈ ਜਾਂ ਫਿਰ ਜਨੂੰ ਹੋਰ ਪ੍ਰੋਬਲਮਸ ਸਰੀਰ ਦੇ ਨਾਲ ਉਹਨਾਂ ਦੀ ਜਿਹੜੀਆਂ ਪਹਿਲਾਂ ਵਾਰੀ ਆਉਣੀ ਆ ਉਸ ਤੋਂ ਬਾਅਦ ਬਾਕੀ ਲੋਕਾਂ ਦੀ ਵਾਰੀ ਆਉਣੀ ਆ ਪਹਿਲਾਂ ਹਲੇ 80 ਸਾਲ ਦੇ ਉੱਤੇ ਵਾਲੀ ਦੀ ਵਾਰੀ ਆਉਣੀ ਆ ਤੇ ਬਾਕੀ ਇਸ ਤੋਂ ਜਿਹੜੇ ਜਦੋਂ ਇਹਨਾਂ ਦਾ ਪ੍ਰੋਸੈਸ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਆਮ ਜਿਹੜੇ ਲੋਕ ਆ ਉਹਨਾਂ ਦੀ ਵਾਰੀ ਵੀ ਜਿਹੜੀ ਆ ਜਾਣੀ ਆ ਬਾਕੀ ਇਸ ਤੋਂ ਇਲਾਵਾ ਆਈਫੋਨ 13 ਜਿਹੜਾ ਹੈ ਜੀ ਉਹ ਲਾਂਚ ਜਿਹੜਾ ਆਈ ਥਿੰਕ ਹੋ ਗਿਆ ਹੈ ਤੇ ਹੁਣ ਜਿਹੜੇ ਜਿਹੜੇ ਆਈਫੋਨ 12 ਲੈਣਾ ਹੈ ਲੈ ਸਕਦੇ ਆ ਤੁਸੀਂ ਆਪਣਾ ਪੁਰਾਣਾ ਮਾਡਲ ਕਿਉਂਕਿ ਨਵੇਂ ਦਾ ਤੁਹਾਨੂੰ ਜਿਹੜਾ ਪਤਾ ਰੇਟ ਜ਼ਿਆਦਾ ਲੱਗਣਾ ਤੇ ਪੁਰਾਣਾ ਮਾਡਲ ਤੁਸੀਂ ਲੈ ਸਕਦੇ ਆ ਤੁਹਾਨੂੰ ਰੇਟ ਸਸਤਾ ਪੈਣਾ ਕਿਉਂਕਿ ਅਗਲੇ ਸਾਲ ਆਈਫੋਨ 14 ਆ ਗਿਆ ਫਿਰ ਰੇਟ 13 ਤੇ ਰੇਟ ਘਟ ਜਣੇ ਆ ਸੋ ਇਸੇ ਕਰਕੇ ਅਗਲੇ ਸਾਲ ਲੈ ਲਿਓ ਤੇ ਬਾਕੀ ਜਿਹਨੂੰ ਸ਼ੌਂਕ ਹੈ ਉਹ ਆਪਣਾ ਲੈ ਸਕਦਾ ਤੇ ਜਿਹੜੇ ਯੂਜ਼ ਵਾਸਤੇ ਲੈਣਾ ਹੈ ਉਹਦੇ ਵਾਸਤੇ ਕੋਈ ਨਾ ਜ਼ਿਆਦਾ ਪੈਸੇ ਖਰਚੇ ਦੀ ਲੋੜ ਨਹੀਂ ਹੈਗੀ ਤੁਸੀਂ ਪੁਰਾਣਾ ਮਾਡਲ ਵੀ ਲੈ ਸਕਦੇ ਆ ਚੀਜ਼ਾਂ ਵਿੱਚੋਂ ਸੇਮ ਹੀ ਹੁੰਦੀਆਂ ਕੋਈ ਖਾਸ ਚੀਜ਼ ਤਾਂ ਕਰਦਾ ਨਹੀਂ ਐਪਲ ਦੇ ਲੋਕੀ ਡਿਜ਼ਾਈਨ ਦਾ ਥੋੜਾ ਜਿਹਾ ਵੀ ਸ਼ੈਡ ਡਿਜ਼ਾਈਨ ਐਪਲ ਚੇਂਜ ਕਰ ਦੋ ਪਰ ਡਿਜ਼ਾਈਨ ਜਿਹੜਾ ਉਹ ਹੀ ਜਿਹੜਾ ਜੋ ਪਹਿਲੇ ਵਾਲਾ ਸਗਾ ਸੇਮ ਉਹਦਾ ਜਿਹੜਾ ਡਿਜ਼ਾਈਨ ਮੈਨ ਦਾ ਜੁਲਦੇ ਰੱਖਿਆ ਰਣੇ ਦੁਆਰਾ ਤੋਂ ਤੇ ਬਾਕੀ ਅਸੀਂ ਕੋਈ ਵੀ ਕਿਸੇ ਵੀ ਕੰਪਨੀ ਨੂੰ ਪ੍ਰਮੋਟ ਨਹੀਂ ਕਰਦੇ ਹਾਂ ਚੈਨਲ ਦੇ ਉੱਤੇ ਇਹ ਸਿਰਫ ਇੱਕ ਮਜ਼ਾਕ ਦੇ ਤੌਰ ਤੇ ਤੁਹਾਨੂੰ ਬਦੱਸਿਆ ਪਰ ਵੈਸੇ ਜਿਹੜੀ ਇਨਵੈਸਟਮੈਂਟ ਹੁੰਦੀ ਹੈ ਇਲੈਕਟ੍ਰੋਨਿਕ ਇਕਵਿਪਮੈਂਟਸ ਦੇ ਉੱਤੇ ਜਿਹੜੀ ਇੱਕ ਪੈਸਿਵ ਇਨਵੈਸਟਮੈਂਟ ਆ ਜੇ ਤੁਹਾਨੂੰ ਕੋਈ ਇਨਵੈਸਟਮੈਂਟ ਕਰਨੀ ਹੈ ਤੇ ਐਕਟਿਵ ਇਨਵੈਸਟਮੈਂਟ ਕਰੋ ਨਾ ਕਿ ਪੈਸਿਵ ਇਨਵ ਸੋ ਬਾਕੀ ਸਗੇਗੇ ਜੋ ਆਪਣੀ ਕੁਝ ਨਵੀਆਂ ਅਪਡੇਟਸ ਬਾਕੀ ਮਿਲਦੇ ਆਂ ਸ਼ਾਮਾਂ ਦੀ ਅਪਡੇਟ ਦੇ ਨਾਲ ਤਤਤਲੀ ਸਾਡਾ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ